ਫਿਰਦਾ ਮੂਰੇ ਦੇਖੀ ਭਰਾਵਾ ਥੱਲੇ ਨਾ ਜੀ ਕਿਤੇ। ਹਾਂਜੀ ਮਿੱਤਰੋ ਕੀ ਹਾਲ ਚਾਲ ਨੇ, ਆਈ ਹੋਪ ਸਾਰੇ ਠੀਕ ਠਾਕ ਹੋਵੋਗੇ। ਆਪਾਂ ਸਵੇਰ ਹੋ ਗਈ ਆ, ਇੱਥੇ ਹੀ ਸੁੱਤੇ ਸੀਗੇ, ਇੱਥੇ ਬਾਹਰਲੀ ਸਾਈਡ ਸੁੱਤੇ ਸੀਗੇ ਨਾ, ਨਾਲ ਮੁੰਡੇ ਨੇ ਆਪਣੇ ਤਿੰਨ ਲੋਡ ਚੱਕਣਾ ਇੱਥੋਂ, ਉਹਦੇ ਇੱਕ ਇੱਕ ਲੈ ਗਿਆ ਭਰ ਕੇ, ਇੱਕ ਉਹ ਭਰਨ ਲੱਗਾ ਹੋਇਆ, ਤੀਜਾ ਨੰਬਰ ਆਪਣਾ ਵਾ। ਇਹ ਹੈਗਾ ਇੱਕ ਵਾਈਨ ਦਾ ਵਾ, ਵਾਈਨ ਸ਼ੋਪ ਜਿਹਾ, ਆਪਾਂ ਜਿਹੜੇ ਅੰਗੂਰ ਜੇ ਭਰ ਰਹੇ ਨੇ ਆਪਾਂ ਨੇ, ਕਾਫੀ ਬੜਾ ਵਾ ਇਹ, ਇੱਧਰਲੀ ਸਾਈਡ ਵੀ ਇਹਨਾਂ ਦਾ ਹੀ ਆ, ਟਰੱਕ ਆਈ ਜਾਈ ਜਾਂਦੇ ਨੇ। ਅਗਲੀ ਸਾਈਡ ਥੱਲਲੀ ਸਾਈਡ ਮੇਨ ਫੈਕਟਰੀ ਜੀ ਆ, ਆਪਾਂ ਇੱਥੋਂ ਭਰਨਾ ਵਾ ਟਰੱਕ, ਉਦੋਂ ਬਾਅਦ ਬੈਗ ਲੈ ਕੇ ਇੱਥੋਂ ਕੱਢਣਾ ਵਾ ਨਾ। ਜਿੱਦਾਂ ਲਾਈਨਾਂ ਦੇਖ ਲਓ ਤੁਹਾਡੀਆਂ, ਸਾਡੀਆਂ ਪਾਈਆਂ ਹੋਈਆਂ ਨੇ, ਮੋਰ ਫਿਰਦਾ ਮੂਹਰੇ ਦੇਖੀ ਭਰਾਵਾ ਥੱਲੇ ਨਾ ਜੀ ਕਿਤੇ। ਬੋਲਬੋ ਪਹੁੰਚ ਗਿਆ ਮੈਂ ਆਪਣੇ ਨਾ ਟਰੱਕ ਦੀ, ਆ ਜਿਹੜੀ ਸਕਰੀਨ ਆ ਰੇਡੂਏ ਵਾਲੀ ਇਹ ਨਹੀਂ ਚੱਲ ਰਹੀ, ਅਤੇ ਇਹਦਾ ਇੱਥੇ ਇਲਾਜ ਕਰਾਉਣਾ ਹੁਣ, ਕਿਉਂਕਿ ਇਹਦੇ ਨਾਲ ਫਿਰ ਮੇਰਾ ਬਲੂਟੁੱਥ ਅਟੈਚ ਨਹੀਂ ਹੁੰਦਾ ਹੈਗਾ, ਗੱਲ ਗੁੱਲ ਕਰਨ ਨੂੰ ਔਖਾ ਰਹਿੰਦਾ ਵਾ ਫੋਨ ਫਾਨ ਕਰਨਾ। ਉਹ ਬੋਲਬੋ ਜੀ ਬੋਲਬੋ ਖੜ੍ਹੇ ਨੇ ਸਾਰੇ, ਨਵੇਂ ਮਾਡਲ ਵੀ ਖੜ੍ਹੇ ਨੇ, ਜਿਹੜੇ ਨਵੇਂ ਮਾਡਲ ਆਇਆ ਬੋਲਬੋ ਦੇ ਨਾ ਹੁਣ ਬਹੁਤ ਸੋਹਣੇ ਨੇ, ਉਹ ਪੂਰਾ ਲਾਈਟਾਂ ਜੀ ਆ ਨਾ, ਇਕੱਲੀ ਐੱਲ ਈ ਆ ਲਾਈਟਾਂ ਦੀ, ਬਹੁਤ ਸੋਹਣਾ ਮਾਡਲ ਆ ਆਹ, ਤੇ ਆਹ ਵਾਲਾ ਮਾਡਲ ਆ ਜਿਹੜਾ ਉਹਦੇ ਲੁੱਕ ਤਾਂ ਬਾਕੀ ਸੇਮ ਹੀ ਆ, ਇਕੱਲੀ ਲਾਈਟਾਂ ਲੂਟਾਂ ਦਾ ਹੀ ਉਹਨਾਂ ਨੇ ਬਦਲਿਆ ਥੋੜ੍ਹਾ ਜਿਹਾ, ਅਤੇ ਬਾਕੀ ਸੈਂਸਰ ਜ਼ਿਆਦਾ ਲਾ ਤੇ ਇਹਦੇ ਵਿੱਚ ਸੈਂਸਰ, ਉਹਦੇ ਇੱਕ ਉਹ ਆ ਇੱਕ ਇੱਧਰ ਮੂਹਰੇ ਲੱਗਿਆ ਹੋਇਆ ਨਾ ਕੈਮਰਾ, ਪਰ ਉਹਦੇ ਵਿੱਚ ਜ਼ਿਆਦਾ ਨੇ, ਉਹਦੇ ਵਿੱਚ ਜਿਵੇਂ ਚਾਰ ਪੰਜ ਹੋਰ ਲਾ ਤੇ ਉਹਨਾਂ। ਬਾਅਦ ਵਿੱਚ ਇੱਕ ਫਰਿੱਜ, ਫਰਿੱਜ ਥੋੜ੍ਹੀ ਜਿਹੀ ਪ੍ਰੋਬਲਮ ਕਰਦੀ ਆ, ਉਹਦੀ ਉਹ ਦਿਖਾਉਣੀ ਆ, ਕੰਮ ਛੱਡ ਜਾਂਦੀ ਆ ਕਈ ਵਾਰੀ, ਮੇਰਾ ਸਾਰਾ ਖਾਣਾ ਖੁਣਾ ਖਰਾਬ ਕਰਤਾ ਕੱਲ੍ਹ ਫਰਿੱਜ ਨੇ, ਇਸ ਚੱਕਰ ਦੇ ਵਿੱਚ ਉਹ ਵੀ ਦਿਖਾਉਣੀ ਆ ਇੱਥੇ, ਅਤੇ ਇੱਕ ਆਹ ਦੋ ਤਿੰਨ ਚੀਜ਼ਾਂ ਜਿਹੀਆਂ ਕਰਾਉਣ ਵਾਲੀਆਂ ਸੀਗੀਆਂ, ਕਰਵਾ ਕੇ ਫਿਰ ਇੱਥੋਂ ਨਿਕਲੂੰਗਾ। ਵੈਸੇ ਵੀ ਅੱਜ ਵੀਰਵਾਰ ਹੋ ਗਿਆ, ਅੱਜ ਤਾਂ ਕੱਲ੍ਹ ਦਾ ਕੰਮ ਆ ਆਪਣੇ ਕੋਲ, ਇਹਨਾਂ ਨੇ ਇੱਥੇ ਅੱਧੀ ਦਿਹਾੜੀ ਇੱਥੇ ਭੰਨ ਦੇਣੀ ਆ, ਜੇ ਅੱਧੀ 'ਚ ਦੇ ਦੇਣ ਕਰਕੇ ਤਾਂ ਵਧੀਆ ਗੱਲ ਹੀ ਆ, ਨੋਰਮਲ ਤਾਂ ਜ਼ਿਆਦਾ ਟਾਈਮ ਹੀ ਲਾਉਂਦੇ ਹੁੰਦੇ ਆ। ਚਲੋ ਦੇਖੋ ਕੀ ਬਣਦਾ, ਤੁਹਾਨੂੰ ਮੈਂ ਨਵਾਂ ਮਾਡਲ ਦਿਖਾਵਾਂ ਟਰੱਕ ਦਾ, ਜਿਹੜਾ ਬੋਲਬੋ ਦਾ ਨਵਾਂ ਮਾਡਲ ਆਇਆ, ਦਿਖਾਉਣਾ ਮੈਂ ਨਵਾਂ ਮਾਡਲ, ਉਹ ਖੜ੍ਹਾ ਇੱਕ ਇਹ ਕਿਸੇ ਟਰਾਂਸਪੋਰਟ ਨੇ ਖਰੀਦ ਲਿਆ, ਵੈਸੇ ਖਰੀਦਿਆ ਹੋਇਆ, ਉਹ ਨਵਾਂ ਮਾਡਲ ਆ ਵਾਲਾ ਟਰੱਕ ਆ, ਲਾਈਟਾਂ ਲੁੱਟਾਂ ਦੇ ਕਿੰਨੀਆਂ ਸੋਹਣੀਆਂ ਆਹ ਮੇਰੇ ਵਾਲੇ ਨਾਲ, ਤਾਂ ਇਹਦੀਆਂ ਲਾਈਟਾਂ ਅਤੇ ਉਹਦੀਆਂ ਲਾਈਟਾਂ ਦਾ ਫਰਕ ਦੇਖੋ, ਦੋਨਾਂ ਦਾ ਕੈਮਰਾ ਕਰ ਦਿੰਦੇ ਆਪਾਂ, ਬਾਕੀ ਤਾਂ ਸਾਰੇ ਪੁਰਾਣੇ ਹੀ ਨੇ। ਪੁਰਾਣਾ ਮਤਲਬ ਕਹਿਣ ਦਾ ਆਹ ਫਰੈਸ਼ ਮਾਡਲ ਜਿਹੜਾ ਟੋਪ ਮਾਡਲ ਆਇਆ ਹੁਣ, ਸੋਹਣਾ ਬਹੁਤ ਆ ਮਾਡਲ, ਅਤੇ ਬਾਕੀਆਂ ਨਾਲੋਂ ਡਿਫਰੈਂਟ ਜਿਹਾ ਲੱਗਦਾ ਉੱਦਾਂ ਥੋੜ੍ਹਾ, ਇਹਨਾਂ ਨੇ ਉਹ ਵੀ ਕਰਤਾ ਸ਼ੇਪ ਦਾ ਵੀ ਇਹਦਾ ਫਰਕ ਪਾਤਾ ਥੋੜ੍ਹਾ ਜਿਹਾ, ਮੈਨੂੰ ਬਾਕੀਆਂ ਨਾਲ ਲੱਗਦਾ ਵੀ ਨੀਵਾਂ ਵਾ ਜਿਹੜੀ ਸਪੇਸ ਆ, ਪਰ ਸਪੇਸ ਤਾਂ ਉਨੀ ਹੋਣੀ ਆ, ਉੱਦਾਂ ਹੀ ਲੱਗਦਾ, ਮਾਡਰਨ ਜਿਹਾ ਕਰਤਾ ਜਿੱਦਾਂ ਨਾ ਸਪੋਰਟ ਮਾਡਲ ਜਿਹਾ ਕਰਤਾ, ਲੁੱਕ ਦਾ ਵੀ ਗਰਿੱਲ ਦਾ ਵੀ ਚੇਂਜ ਕਰਤਾ, ਜਿਹੜੀ ਮੂਹਰਲੀ ਗਰਿੱਲ ਹੁੰਦੀ ਆ ਵਿੱਚ ਉਹਦੇ ਕਾਲੀ ਜਿਹੀ ਪਾਤੀ ਥੋੜ੍ਹੀ ਜਿਹੀ ਪੱਟੀ, ਇੱਦਾਂ ਵਾ। ਟ੍ਰੇਲਰ ਆਪਾਂ ਅਨਹੁੱਕ ਕਰਤਾ ਆਪਣਾ, ਅਨਹੁੱਕ ਕਰਕੇ ਖੜਾਤਾ, ਹੁਣ ਇਹਨੂੰ ਲੈ ਕੇ ਜਾਣਗੇ ਅੰਦਰ ਅਤੇ ਦੇਖਣਗੇ ਕੀ ਮਰਜ ਆ। ਟ੍ਰੇਲਰ ਵੀ ਲਿਬੜਿਆ ਪਿਆ ਪੂਰਾ, ਲੋਡ ਆ ਜਿਹੜਾ ਇੱਥੇ ਇੱਥੇ ਨਾਲ ਹੀ ਆ ਫੈਕਟਰੀ, ਉੱਥੇ ਲਾਇਆ ਵਾ ਮੈਂ ਜਿਹੜਾ ਸਪੇਨ ਤੋਂ ਲੈ ਕੇ ਆਇਆ ਸੀਗਾ, ਰਾਤ ਆ ਗਿਆ ਸੀ ਵੈਸੇ, ਅੱਜ ਸਵੇਰੇ ਖੁੱਲ੍ਹਣੀ ਸੀ 8:30 ਵਜੇ, ਹੁਣ ਤਾਂ ਖਾਲੀ ਹੋਈ ਆ।
ਆ ਫਰਾਂਸ ਲਈ ਜ਼ਰੂਰੀ ਆ, ਫਰਾਂਸ ਦੇ ਵਿੱਚ ਨਹੀਂ ਜੁਰਮਾਨਾ 90 ਯੂਰੋ ਦਾ। ਪੁਰਤਗਾਲ ਸਪੇਨ 'ਚ ਤਾਂ ਪੁੱਛਦਾ ਨਹੀਂ ਇਹਨੂੰ ਕੋਈ, ਫਰਾਂਸ ਦੇ ਵਿੱਚ ਹੀ ਆ ਇਕੱਲਾ। ਚਲੋ ਦੇਖੋ ਕੀ ਬਣਦਾ। चल रही है अरे ट्रक अंदर लै गए अपना, मैनू अंदर जान नहीं दे रहे। वो एक अंदर नवा मॉडल खड़ा कान लगे हुए तैयारी श्यारी वो ट्रेलर अपना वो कढ़िया पिया। मौसम तो अत्ता हो गया, वेटिंग करनी पैनी वाले कहते दोपहर के खाने का टाइम हो गया। वैसे सुपर वॉक का लोड अनलोड कर लगा हुआ जॉन है जिन्हें पीयर बनती है, अगला लोड चक लिया अपना स्पेन तो चकना अगला लोड बार्डर से जाना वलंसिया देते उतों लोड चका चकना वापस पुर्तगाल नहीं है। शायद आखिरी लोड ही हो गया, नॉर्मल तो आखिरी ही होना पर क्योंकि 11:30 हो गया उस बाद शुक्रवार अज स्पेन रह गया कितना किलोमीटर रह गया इतों 34 किलोमीटर रह गया स्पेन, स्पेन स्पानिया कहते हैं इतने 34 किलोमीटर बार्डर जरा लोड चकना ट्रक के तो कितने लग गया है हथ नहीं पता बेच ना परली साइड भी रखा जगह पूरी पूरी बनाते भी भैन माड़ी मोटी बद जगह बनाओ माड़ा मोटा बंदा बैग बुक चज ना ला सके।